ਇੰਨਨੇ ਕਰਾਏ ਹੋਣੋਂ ਉਹ ਗਣੋ ਚਾਚੇ ਮਾਮਿਆਂ ਨੂੰ ਪੁੱਠਾ ਬੋਲਦਾ ਇਸ ਤਾਂ ਇਹੀ ਬੋਲਾਂਗੇ ਜਦੋਂ ਕਿਸੇ ਸਾਲੇ ਤੋਂ ਕੁਝ ਲਿਆ ਨਹੀਂ ਕਿਸੇ ਤੋਂ ਸਾਂ ਨਹੀਂ ਕਰਾਇਆ ਕਾਦੀ ਜੀ 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 ਕਰਨੀ ਆ ਦੱਸੋ ਮੈਥੋਂ ਤਾਂ ਨਹੀਂ ਹੁੰਦੀ ਤੁਸੀਂ ਕਰੋਗੇ ਤੂੰ ਤਾਂ ਗਾਲਾਂ ਕੱਢ ਦੇ ਜੀ ਗਾਲਾਂ ਐਂ ਹੀ ਕੱਢਾਂਗੇ ਇਸ ਤਾਂ ਮੈਂ ਬਦਮਾਸ਼ ਨਹੀਂ ਹੈਗਾ ਇਹ ਗੱਲ ਮੈਂ ਮੈਂ ਕਹਿ ਰਿਹਾ ਪਰ ਚੱਕਰ ਕੀ ਆ ਵੀ ਜਿਹੜੇ ਬਾਕੀ ਕਲਾਕਾਰ ਨੇ ਉਹ ਕਹਿੰਦੇ ਨਹੀਂ ਵੀ ਅਸੀਂ ਨਹੀਂ ਹੈਗੇ ਉਹਨਾਂ ਨੂੰ ਇਦਾਂ ਲੱਗਦਾ ਇੱਕ ਚੀਜ਼ ਕਹਿਣ ਚ ਉਹਨਾਂ ਦੀ ਬੇਇੱਜ਼ਤੀ ਹੈ ਨਹੀਂ ਬੇਇੱਜ਼ਤੀ ਨਹੀਂ ਹੈਗੀ ਇਹ ਕਹਿਣ ਚ ਬਾਕੀ ਕਹਿੰਦੇ ਜਾਂ ਮੈਂ ਆਪਣੀ ਹੱਕ ਤੇ ਥਾਪੀ ਮਾਰ ਕੇ ਕਦੇ ਨਹੀਂ ਕਿਹਾ ਵੀ ਮੈਂ ਹੀ ਆ ਜੋ ਬੀਹਣਾ ਮੈਂ ਕਹਣਾ ਮੈਨੂੰ ਬਣਾਉਣ ਵਾਲਾ ਵਾਹਿਗੁਰੂ ਆ ਮੈਨੂੰ ਬਣਾਉਣ ਵਾਲੇ ਮੇਰੇ ਘਰ ਦੇ ਨੇ ਮੈਨੂੰ ਬਣਾਉਣ ਵਾਲੇ ਆਡੀਅנס ਆ ਮੈਂ ਆਪ ਕੁਛ ਨਹੀਂ ਹੈਗਾ ਮੈਂ ਆਪ ਨਹੀਂ ਬਣਿਆ ਮੈਨੂੰ ਬਣਾਇਆ ਗਿਆ ਮੈਂ ਇਹ ਨਹੀਂ ਕਦੇ ਕਹਿੰਦਾ ਹੁੰਦਾ ਵੀ ਮੈਂ ਆਪਣੇ ਦਮ ਤੇ ਬਣਿਆ ਜੀ ਜਾਂ ਮੈਂ ਚੱਲਿਆ ਤਾਂ ਮੈਂ ਹੀ ਚੱਲਿਆ ਮੇਰਾ ਜੋ ਕੀ ਨਾ ਮੈਂ ਮੈਂ ਸਰੋਤਿਆਂ ਦਾ ਮੈਂ ਆਪ ਦਾ ਥੋੜੀਆਂ ਹਨਾ ਮੈਂ ਆਡੀਅנס ਦਾ ਦੋ ਸਿੱਧੂ ਮੂਸੇਵਾਲਾ ਇੰਸਟਾਗ੍ਰਾਮ ਤੇ ਕਾਫੀ ਲਾਈਵ ਆਉਂਦਾ ਹੈ ਅਤੇ ਆਪਣੇ ਨਿੱਜੀ ਜਿਵੇਂ ਜਿਵੇਂ ਕਿ ਮਾਤਾ ਹਵੇਲੀ ਕਾਰਸ ਪਿਤਾ ਅਤੇ ਜਿਹੜੇ ਪਿੰਡ ਹੋ ਰਿਹਾਦਾ ਉਸ ਬਾਰੇ ਦੱਸਦਾ ਹੈ ਇਸ ਚੀਜ਼ ਤੇ ਕਰਨਾ ਉਹਨੇ ਕੀ ਕਿਹਾ ਦੇਖੋ ਮੈਂ ਇੰਸਟਾਗ੍ਰਾਮ ਲਾਈਵ ਲੂਸ ਘੱਟ ਦੇਣਾ ਜਿਹੜੀ ਕਿ ਮੇਰੀ ਇੱਕ ਵੀਕਨੈਸ ਹੈ ਮੈਂ ਬਹੁਤ ਘੱਟ ਦੇਣਾ ਕਿਉਂਕਿ ਮੈਂ ਆਪਣੇ ਬਾਰੇ ਲੋਕਾਂ ਨੂੰ ਦੱਸਦਾ ਬਹੁਤ ਘੱਟ ਦੱਸਦਾ ਪਰ ਜਿਹੜੇ ਲੋਕ ਦੱਸਦੇ ਆਪਣੇ ਬਾਰੇ ਉਹ ਕਾਮਯਾਬ ਨੇ ਹਨਾ ਲੋਕ ਕਾਮਯਾਬ ਮਾੜੀ ਮੋਟੇ ਅਸੀਂ ਵੀ ਹੋਗੇ ਜੋ ਵੀ ਆ ਪਰ ਮੈਂ ਆਪਣੇ ਬਾਰੇ ਦੱਸਦਾ ਘੱਟਾਂ ਪਰ ਇੰਟਰੈਕ ਰਿਪੋਰਟਰ ਨੇ ਔਜਲਾ ਨੂੰ ਕਿਹਾ ਕਿ ਕਿਤੇ ਉਹ ਸਿੱਧੂ ਨਾਲ ਸਿਰਫ ਪਬਲਿਸਿਟੀ ਲਈ ਤਾਂ ਨਹੀਂ ਲੜ ਰਿਹਾ ਉਦੋਂ ਔਜਲਾ ਨੇ ਕੀ ਕਿਹਾ ਦੇਖੋ ਇਸ ਸ਼ਿਟੀ ਦਾ ਕੋਈ ਨਹੀਂ ਜੀ ਆਪਣੇ ਵੱਲੋਂ ਦਾ ਕੋਈ ਪਬਲਿਸਿਟੀ ਨਹੀਂ ਹੈਗੀ। ਬੜਾ ਆਪਣਾ ਤਾਂ ਇਦਾਂ ਹੀ ਆ ਵੀ ਜਦ ਕੋਈ ਬੰਦਾ ਥੋੜਾ ਜਿਹਾ ਅਗਲੇ ਨੂੰ ਇਦਾਂ ਹੋ ਜਾਂਦਾ ਨਾ ਥੋੜਾ ਇੰਟਰੈਸਟਮੈਂਟ ਕਰ ਲੈਂਦੇ ਵੀ ਇਹਨਾਂ ਦਾ ਕਿਹੜਾ ਕੋਈ ਹੈਗਾ ਨਾ ਕੋਈ ਇੰਡੀਆ ਨਾ ਇੱਥੇ ਆ ਵੀ ਉਹ ਹੀ ਰੋਲ ਦਾਂਗੇ ਆ ਕਰ ਲਾਂਗੇ। ਇਦਾਂ ਨਹੀਂ ਕੋਈ ਰੋਲਦਾ ਹੁੰਦਾ। ਕੋਈ ਬੰਦੇ ਦੀ ਜ਼ਮੀਰ ਨਹੀਂ ਹੈਗੀ ਕਿ ਟੀਵੀ ਸਾਨੂੰ ਕੋਈ ਆ ਕੇ ਰੋਲ ਦੂਗਾ। ਇਹ ਤਾਂ ਰੱਬ ਹੀ ਇਹ ਕਰਨ ਵਾਲਾ ਜਿੱਦ ਨੂੰ ਕੁਝ ਹੋਣਾ ਹੋ ਜਾਣਾ ਜੀ। ਇਹਨੂੰ ਕੋਈ ਨਹੀਂ ਰੋਕ ਸਕਦਾ। ਪਰ ਮੈਨੂੰ ਇੰਨਾ ਮੇਰੇ ਤੇ ਯਕੀਨ ਆ ਵੀ ਕੋਈ ਕਹਿ ਦੂਗਾ ਮੈਂ ਤੈਨੂੰ ਰੋਲ ਦੂੰਗਾ। ਤਾਂ ਇੰਨੀ ਛਿੱਤੀ ਤਾਂ ਨਹੀਂ ਮੇਰਾ ਫਾਦਰ ਹੈ ਇਸ ਤੀਤੇ ਕਰਨ ਉਹਨਾਂ ਨੇ ਕੀ ਕਿਹਾ ਦੇਖੋ ਮੇਰਾ ਬਾਪੂ ਨਾਲ ਹੀ ਆਇਆ ਅੱਜ ਮਰੇ ਇੱਥੇ ਆਜੋ 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 ਜਿਹੜਾ ਉਹ ਕਿਤੇ ਸਟੇਜ ਤੇ ਜਾਣਾ ਬਾਕੀ ਆਰਟਿਸਟਾਂ ਦੇ ਮੰਮੀ ਰੜੀ ਜਾਂਦੇ ਆ ਵੀ ਆਹ ਮੇਰਾ ਬਾਪੂ ਖੜਾ ਪਿੱਛੇ ਆ ਖੜਾ ਨਾ ਮੈਨੂੰ ਵੀ ਦੇਖ ਕੇ ਹੁੰਦਾ ਵੀ ਯਾਰ ਕਾਸ਼ ਮੇਰਾ ਵੀ ਹੁੰਦਾ ਪਰ ਕੋਈ ਚੱਕਰ ਨਹੀਂ ਮੈਨੂੰ ਇਹੀ ਆ ਵੀ ਲੋਕ ਜੱਜ ਬਹੁਤ ਸ਼ਿੱਦੀ ਕਰ ਦਿੰਦੇ ਤੁਹਾਨੂੰ ਬਿਨਾਂ ਜਾਣੇ ਵੀ ਇਹ ਬੰਦਾ ਫੁਕਰਾ ਜਾਂ ਕੁਝ ਵੀ ਆ ਨਾ ਪਰ ਇਦਾਂ ਇਦਾਂ ਕਰਨਾ ਨਹੀਂ ਚਾਹੀਦਾ ਕਿਉਂਕਿ ਤੁਹਾਨੂੰ ਉਹਦੀ ਬੰਦੇ ਦੀ ਚੋਰੀ ਨਹੀਂ ਪਤਾ ਜਸਬੇ ਕਸ ਉਹ ਦੱਸ ਨਹੀਂ ਰਿਹਾ